ਸਵਾਗਤ ਇੱਕ ਵਾਰੀ ਫਿਰ ਤੁਹਾਡੇ ਆਪਣੇ ਚੈਨਲ ਐਜ਼ੋਮੈਟਿਕ ਇੰਸਟੀਟਿਊਸ਼ਨ 'ਤੇ। ਮੈਂ ਤੁਹਾਡਾ ਦੋਸਤ ਵਰਿੰਦਰ, ਲੈ ਆਉਣਾ ਪੰਜਾਬ, ਭਾਰਤ ਅਤੇ ਦੇਸ਼ ਵਿਦੇਸ਼ ਦੀਆਂ ਪੂਰੀਆਂ ਖਬਰਾਂ। ਦੇਖਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਟਰੰਪ ਨੂੰ ਹਰਾ ਕੇ ਬਾਈਡਨ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ। ਗੁਰਮੀਤ ਰਾਮ ਰਹੀਮ ਨੂੰ ਬੀਤੇ ਦਿਨੀ ਇੱਕ ਦਿਨ ਪਰੋਲ ਦਿੱਤੀ ਗਈ। ਹਰਿਆਣਾ ਦੇ ਸੀ ਐਮ ਮਨੋਹਰ ਲਾਲ ਖੱਟਰ ਦੀ ਅਗਵਾਈ ਵਿੱਚ ਸਰਕਾਰ ਨੇ 24 ਅਕਤੂਬਰ ਨੂੰ ਸੋਤਾ ਸਾਹਿਬ ਦੇ ਇੱਕ ਦਿਨ ਦੇ ਲਈ ਦਿੱਤੀ ਪਰੋਲ। ਮੌਸਮ ਵਿਭਾਗ ਦੀ ਚੇਤਾਵਨੀ ਹੁੰਦੇ ਨੇ ਛਾਏ ਰਹਿ ਸਕਦੇ ਨੇ ਬੱਦਲ। ਅਤੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਲਈ ਖੁਸ਼ਖਬਰੀ, ਸੀਐਮ ਕੈਪਟਨ ਵੰਡ ਰਹੇ ਨੇ ਟੈਬਲੇਟ। ਪਾਬੰਦੀ ਦੇ ਬਾਵਜੂਦ ਦਿੱਲੀ ਦੇ ਵਿੱਚ ਵਿਕ ਰਹੇ ਨੇ ਪਟਾਕੇ। ਪੰਜਾਬ ਪਟਾਕਿਆਂ 'ਤੇ ਪਾਬੰਦੀ ਦੀ ਲੋੜ ਨਹੀਂ, ਰਾਜ ਸਰਕਾਰ ਨੇ NGT ਨੂੰ ਕਿਹਾ। ਰੋਇਲ ਐਨਫੀਲਡ ਮੈਟਰੋ 350 ਭਾਰਤ 'ਚ ਲਾਂਚ, ਕੀਮਤ 1.75 ਲੱਖ, ਮੁੜ ਗਰਮਾਇਆ 328 ਗੈਬ ਹੋਏ ਪਾਵਨ ਸਰੂਪਾਂ ਦਾ ਮੁੱਦਾ। ਸ਼੍ਰੋਮਣੀ ਕਮੇਟੀ ਖਿਲਾਫ਼ ਧਰਨੇ 'ਤੇ ਬੈਠਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਪਿਆਜ਼ ਦੀ ਜਮ੍ਹਾਂਖੋਰੀ 31 ਦਸੰਬਰ ਤੱਕ ਹੋਈ ਸੀਮਤ। ਦੇਸ਼ 'ਚ ਕਾਲਜ ਯੂਨੀਵਰਸਿਟੀਆਂ ਖੁੱਲ੍ਹਣਗੀਆਂ, ਪਰ ਰੱਖਣਾ ਪਏਗਾ ਇਹਨਾਂ ਗੱਲਾਂ ਦਾ ਧਿਆਨ। ਪੜ੍ਹੋ ਪੂਰੀਆਂ ਗਾਈਡਲਾਈਨਸ ਜੋ ਕਿ ਕੋਰੋਨਾ ਤੋਂ ਬਚਣ ਦੇ ਲਈ ਬਣਾਈਆਂ ਗਈਆਂ ਨੇ। ਬਰਨਿੰਗ ਸਟਬਲ ਇਨ ਪੰਜਾਬ, ਮੁਆਵਜ਼ਾ ਨਾ ਮਿਲਣ ਕਰਕੇ ਪੰਜਾਬ ਵਿੱਚ ਪਰਾਲੀ ਸਾੜਨ ਨੂੰ ਮਜਬੂਰ ਹੋਏ ਕਿਸਾਨ। ਨੈਕਸਟ ਆਪਾਂ ਖਬਰ ਕਰਾਂਗੇ ਜੀ ਧਨਤੇਰਸ ਤੋਂ। ਮਾਰਕੀਟ ਰੇਟ ਨਾਲੋਂ ਸਸਤਾ ਸੋਨਾ ਖਰੀਦਣ ਦਾ ਮੌਕਾ, RBI ਨੇ ਤੈਅ ਕੀਤੀਆਂ ਪੂਰੀਆਂ ਕੀਮਤਾਂ। ਰੇਲਵੇ ਦੀ ਪੰਜਾਬ ਨੂੰ ਕੋਰੀ ਨਾ, ਰੇਲ ਸੇਵਾ ਨਹੀਂ ਹੋਏਗੀ ਬਹਾਲ। ਹੋਰ ਅਪਡੇਟ ਲਈ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ, ਲਾਈਕ ਜ਼ਰੂਰ ਕਰੋ।